पंकज बंदन पग पंकज बंदन सिमरो अंगद दोख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोविंद सिंह बेसाला तहरों तहरा पर पुन पुन सीसा पुन पुन सीसा बंदों बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों कर अनुराकारा सतगुरु तेह प्रसाद सच होए वाहे गुरु जी की फतेह विघ्न विनाशन सोए सच्चे पातशाह गरीब नवाज दीन दुनिया दे मालक चबर छतर तखत दे मालक समर्थ गुरु प्रतख गुरु सच्चे पातशाह दासां गरीबां सिखां सेवकां दी इज्जत पत रखण वाले दया करन वाले रहमतां करन वाले हजूर सच्चे पातशाह धन धन सतगुरु श्री गुरु ग्रंथ साहिब जी महाराज धन श्री गुरु ग्रंथ साहिब जी महाराज बड़े ही प्यार दे नाल सारी संगत जोड़ो दोवें हथ गज के उचारण करो जी धन धन श्री गुरु ग्रंथ साहिब जी महाराज धन श्री गुरु ग्रंथ साहिब जी महाराज सतगुरु जी की पवित्र पावन हाजरी विखे सुभाएमान सतगुरु जी की प्यारी साजी नवाजी संगत जी दोवें हथ जोड़ के प्यार सत्कार दे नाल गज के सारी संगत आप जी फतेह बुलाओ जी वाहिगुरु जी का खालसा वाहेगुरु जी की फतेह। गरीब नवाज धन गुरु अंगद देव साहब सच्चे पातशाह महाराज सतगुरु जी का अज अवतार गुरपुरब है सिख संगत बड़े चाव दे नाल महाराज जी का अवतार गुरपुरब थाम पर थाम मना रही ने मत्ते की सरां बाबा फेरू मल जी दे ग्रह विखे हजूर गुरु अंगद देव साहब सच्चे पातशाह महाराज जी ने आगमन धारण किया है। थोड़ी सतगुरु सच्चे पातशाह धन गुरु अंगद देव साहब जी महाराज
ਪਹਿਲਾ ਨਾਮ ਭਾਈ ਲਹਿਣਾ ਜੀ ਦਾ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋ ਚੱਲ ਕੇ ਆਉਂਦੇ ਹਨ। ਦਾਸ ਬੇਨਤੀ ਕਰੇ ਜਿਹਨੇ ਅਜੇ ਕਿਸੇ ਗੁਰਸਿੱਖ ਦੀ ਸੰਗਤ ਨਹੀਂ ਕੀਤੀ ਉਹਨੂੰ ਸਤਿਗੁਰੂ ਜੀ ਦੀ ਪੂਰਨ ਮਹਿਮਾ ਦਾ ਕਿਵੇਂ ਗਿਆਨ ਹੋਏਗਾ। ਪਹਿਲਾਂ ਭਾਈ ਜੋਧ ਜੀ ਦੀ ਸੰਗਤ ਕੀਤੀ ਹੈ, ਭਾਈ ਜੋਧ ਜੀ ਦੇ ਮੁੱਖੋਂ ਸਤਿਗੁਰੂ ਜੀ ਦੀ ਬਾਣੀ ਸੁਣੀ ਹੈ ਅਤੇ ਭਾਈ ਜੋਧ ਜੀ ਨੂੰ ਪੁੱਛਿਆ ਕਿ ਤੂੰ ਇਹ ਕਿਹਦੀ ਬਾਣੀ ਪੜ੍ਹੀ ਹੈ। ਭਾਈ ਜੋਧ ਜੀ ਨੇ ਦੱਸਿਆ ਇਹ ਬਾਣੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪੜ੍ਹੀ ਹੈ। ਪੁੱਛਿਆ ਪਿਆਰਿਆ ਜਿਨ੍ਹਾਂ ਦੀ ਤੂੰ ਬਾਣੀ ਪੜ੍ਹੀ ਹੈ ਉਹ ਧਰਤੀ 'ਤੇ ਹਨ? ਭਾਈ ਜੋਧ ਕਹਿੰਦਾ ਹਾਂ ਪਿਆਰਿਆ ਉਹ ਧਰਤੀ 'ਤੇ ਹਨ, ਕੀ ਕਰਤਾਰਪੁਰ ਸਾਹਿਬ 'ਚ ਰਹਿਮਤਾਂ ਵਰਸਾ ਰਹੇ ਹੈ। ਭਾਈ ਜੋਧ ਜੀ ਪਾਸੋਂ ਸੁਣਿਆ ਅਤੇ ਪਿਆਰਿਓ ਅੰਦਰ ਖਿੱਚਾਂ ਪੈ ਗਈਆਂ, ਕਿਹੜਾ ਵੇਲਾ ਹੋਵੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਂ ਜੀ। ਖਿੱਚ ਜਿਹੜੀ ਬਣਨੀ ਹੈ ਨਾ ਗੁਰੂ ਸਾਹਿਬ ਦੇ ਦਰਸ਼ਨਾਂ ਬਾਰੇ, ਉਹ ਦਾਸ ਬੇਨਤੀ ਕਰੇ ਬਿਨਾਂ ਕਿਰਪਾ ਤੋਂ ਬਿਨਾਂ ਪੂਰਬਲੇ ਸੰਬੰਧਾਂ ਤੋਂ ਖਿੱਚ ਨੀਚੇ ਬਣਦੀ। ਮਨ ਖਿੱਚਿਆ ਜਾਣ ਲੱਗ ਪਿਆ ਵੀ ਕਿਹੜਾ ਵੇਲਾ ਹੋਵੇ ਗੁਰੂ ਨਾਨਕ ਜੀ ਦੀ ਹਾਜ਼ਰੀ 'ਚ ਜਾਵਾਂ। ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਆਪ ਜੀ ਨੂੰ ਹੁਣੇ ਦਰਸਾ ਕੇ ਗਏ। ਮੈਂ ਟੂਕ ਮਾਤਰ ਇਤਿਹਾਸ ਕਹਿ ਕੇ ਸਤਿਗੁਰੂ ਦੇ ਜੀਵਨ ਵਿੱਚੋਂ ਪ੍ਰਸੰਗ ਦੀ ਬੇਨਤੀ ਕਰਨੀ ਹੈ। ਸੰਗ ਨਾਲ ਆਉਂਦਾ, ਸੰਗ ਦੇ ਨਾਲ ਮੁਖੀ ਬਣ ਕੇ ਆਏ ਹੈ, ਦੇਵੀ ਦੇ ਦਰਸ਼ਨ ਕਰਨ ਜਾਣਾ ਹੈ। ਸਾਰੇ ਸੰਗ ਨੂੰ ਕਿਹਾ ਤੁਸੀਂ ਅੱਗੇ ਚੱਲੋ, ਮੈਂ ਆਇਆ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਓਹਲਾ ਨਹੀਂ ਸੀਗਾ, ਇਹ ਖੇਡ ਵੱਖਰੀ ਮੇਰੇ ਸਤਿਗੁਰੂ ਜੀ ਨੇ ਰਚੀ। ਗੁਰੂ ਨਾਨਕ ਸਾਹਿਬ ਮਹਾਰਾਜ, ਪਤਾ ਹੈ ਜਿਹਨੇ ਸਾਡੇ ਇਸ ਸਥਾਨ 'ਤੇ ਬੈਠਣਾ ਹੈ, ਜਿਹਦੇ ਸਰੀਰ ਵਿੱਚ ਅੱਗੋਂ ਗੁਰੂ ਜੋਤ ਜਗਣੀ ਹੈ, ਉਹ ਸਰੀਰ ਆ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ। ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਭਾਈ ਲਹਿਣਾ ਜੀ ਨੂੰ ਪਹਿਲਾਂ ਹੀ ਲੈਣ ਵਾਸਤੇ ਤੁਰ ਪਏ ਹੈ। ਇੱਧਰੋਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਜੀ ਦੇ ਰੂਪ 'ਚ ਆਏ ਹੈ। ਘੋੜੀ 'ਤੇ ਵਿਦਵਾਨ ਦੱਸਦੇ ਹੈ, ਕਈ ਘੋੜੇ ਦਾ ਵੀ ਜ਼ਿਕਰ ਕਰਦੇ ਹੈ। ਖੈਰ ਆਪਣੀ ਅਸਵਾਰੀ 'ਤੇ ਸਨ, ਅਸਵਾਰੀ 'ਤੇ ਬੈਠਿਆਂ ਹੀ ਪੁੱਛਿਆ ਅਤੇ ਪੁੱਛਿਆ ਵੀ ਕਿਹਨੂੰ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਹੀ ਪੁੱਛਿਆ। ਕਹਿੰਦੇ ਆ ਜੀ ਨਾਨਕ ਤੱਪੇ ਨੂੰ ਮਿਲਣ ਜਾਣਾ ਹੈ, ਦੱਸ ਸਕਦੇ ਹੋ ਕਿੱਥੇ ਹੈ? ਮਹਾਰਾਜ ਦਾ ਤਰੀਕਾ ਵੱਖਰਾ। ਗੁਰੂ ਨਾਨਕ ਸਾਹਿਬ ਜੀ ਨੇ ਇਹ ਨਹੀਂ ਕਿਹਾ ਵੀ ਮੈਂ ਹੀ ਹਾਂ, ਆਪ ਉਸ ਸਵਾਰੀ ਦੀ ਪਿਆਰਿਓ ਲਗਾਮ ਫੜੀ ਹੈ ਅਤੇ ਆਪ ਪੈਦਲ ਅਤੇ ਲਹਿਣਾ ਜੀ ਉੱਤੇ। ਸੰਗਤ ਦੇ ਵਿੱਚ ਜਦੋਂ ਸੰਗਤ ਸਥਾਨ 'ਤੇ ਪਹੁੰਚੇ ਹੈ, ਮਹਾਰਾਜ ਕਹਿੰਦੇ ਆ ਪੁਰਖਾ ਘੋੜੀ ਇੱਧਰ ਲਾ ਦੇ, ਆਪਣੀ ਸਵਾਰੀ ਇੱਧਰ ਲਾ ਦੇ ਅਤੇ ਤੂੰ ਦੂਜੇ ਪਾਸਿਓਂ ਅੰਦਰ ਆ ਜਾ। ਜਦੋਂ ਅੰਦਰ ਆ ਰਹੇ ਹੈ, ਆਪ ਉਸ ਸਥਾਨ 'ਤੇ ਗੁਰੂ ਨਾਨਕ ਸਾਹਿਬ ਬੈਠ ਗਏ, ਸੰਗਤਾਂ ਨਮਸਕਾਰਾਂ ਕਰਨ ਦਈਆਂ। ਪਤਾ ਲੱਗਾ ਇਹੋ ਹੀ ਗੁਰੂ ਨਾਨਕ ਸਾਹਿਬ ਨੇ। ਪਿਆਰਿਓ ਇੰਨਾ ਬੈਰਾਗ ਆਇਆ, ਮੇਰੇ ਸਵਾਰੀ ਨੂੰ ਆਪ ਫੜ ਕੇ ਆਏ ਹੈ, ਮੈਂ ਉੱਪਰ ਬੈਠਾ ਸਾਂ, ਇਹ ਆਪ ਪੈਦਲ ਚੱਲ ਕੇ ਆਏ ਹੈ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਅੰਦਰ ਬੈਰਾਗ ਇੰਨਾ ਆਇਆ, ਗੁਰੂ ਨਾਨਕ ਸਾਹਿਬ ਜੀ ਦੇ ਚਰਨ ਧੋ ਦਿੱਤੇ ਸਨ। ਮਹਾਰਾਜ ਜੀ ਨੇ ਗੰਭੀਰਤਾ ਵਿੱਚ ਪੁੱਛਿਆ, ਪੁਰਖਾ ਤੇਰਾ ਨਾਮ ਕੀ ਹੈ? ਇਹ ਨਹੀਂ ਹੈ ਵੀ ਸਤਿਗੁਰੂ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ, ਪਤਾ ਮਹਾਰਾਜ ਨੂੰ ਸਾਰੀ ਗੱਲ ਦਾ, ਪਰ ਖੇਡ ਵਰਤ ਰਹੀ ਸੀ। ਸਤਿਗੁਰੂ ਪੁੱਛਦੇ ਹੈ ਪੁਰਖਾ ਤੇਰਾ ਨਾਮ ਕੀ ਹੈ? ਗੁਰੂ ਅੰਗਦ ਸਾਹਿਬ ਬੈਰਾਗ ਕਰ ਰਹੇ ਹੈ, ਮੁਆਫੀਆਂ ਮੰਗਦੇ ਹੈ, ਮੇਰੇ ਕੋਲੋਂ ਭੁੱਲ ਹੋ ਗਈ,
ਤੁਸੀਂ ਉੱਪਰ ਬੈਠੇ ਆਏ, ਵਾਹਿਗੁਰੂ ਮੈਂ ਉੱਪਰ ਬੈਠਾ ਆਇਆ, ਤੁਸੀਂ ਚੱਲ ਕੇ ਆਏ, ਆਪ ਇੰਨੀ ਵੱਡੀ ਰੱਬੀ ਜੋਤ। ਅਤੇ ਪਿਆਰਿਓ, ਗੁਰੂ ਨਾਨਕ ਸਾਹਿਬ ਪੁੱਛਦੇ ਹੈ, ਪੁਰਖਾ ਤੇਰਾ ਨਾਮ ਕੀ ਹੈ? ਪਤਾ ਤਾਂ ਸਾਰਾ ਕੁਝ ਹੈ, ਫਿਰ ਵੀ ਮਹਾਰਾਜ ਨੇ ਪੁੱਛਿਆ। ਬੈਰਾਗ ਵਿੱਚ ਆ ਕੇ ਆਖਿਆ ਸੀ, ਮਹਾਰਾਜ ਮੇਰਾ ਨਾਮ ਹੈ ਲੈਣਾ। ਜਦੋਂ ਸਤਿਗੁਰੂ ਨੇ ਆਖਿਆ ਮੇਰਾ ਨਾਮ ਹੈ ਲੈਣਾ, ਗੁਰੂ ਨਾਨਕ ਸਾਹਿਬ ਗੰਭੀਰਤਾ ਵਿੱਚ ਕਹਿਣ ਲੱਗੇ, ਜੇ ਤੂੰ ਲੈਣਾ ਅਸੀਂ ਤੈਨੂੰ ਕੁਝ ਦੇਣਾ। ਸਾਧ ਸੰਗਤ, ਉਹ ਕੀ ਬਚਨ ਸੀ? ਇਹ ਸਤਿਗੁਰੂ ਦੀ ਰਮਜ ਸੀ। 7 ਸਾਲ ਉਹਦੇ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਭਾਈ ਲਹਿਣਾ ਜੀ ਦੇ ਰੂਪ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਕਰਦੇ ਹੈ ਅਤੇ ਸੇਵਾ ਕੀਤੀ ਹੈ। ਕਿਸੇ ਨੇ ਕਿਹਾ ਸਿੱਖ ਨਹੀਂ ਕੋਈ ਗੁਰੂ ਅੰਗਦ ਜਿਹਾ, ਗੁਰੂ ਅੰਗਦ ਸਾਹਿਬ ਵਰਗਾ ਸਿੱਖ ਨਹੀਂ ਕੋਈ ਹੋਇਆ ਜੀ। ਇੰਨੀ ਕਮਾਈ ਕੀਤੀ ਹੈ, ਸੱਚ ਇਹ ਹੈ ਕਈ ਜਨਮ ਧਾਰਨ ਕਰ ਲਈਏ, 7 ਸਾਲ ਵਿੱਚ ਜਿਹੜੀ ਸੇਵਾ ਕੀਤੀ ਓਨੀ ਸੇਵਾ ਸਾਡੇ ਕੋਲੋਂ ਹੋ ਨਹੀਂ ਸਕਦੀ। ਉਹਦਾ ਕਾਰਨ ਬੜਾ ਵੱਡਾ ਹੈ ਜੀ, ਕਿਤੇ ਆਪਾਂ ਨਹੀਂ ਜਣਾਇਆ, ਕਿਤੇ ਨਹੀਂ ਕੋਈ ਆਪਾਂ ਜਣਾਇਆ, ਬਸ ਨਿਮਰਤਾ ਦੇ ਨਾਲ ਸੇਵਾ ਕਰਦੇ ਰਹੇ ਹੈ। ਅਤੇ ਮਹਾਰਾਜ ਜੀ ਨੇ ਫੁਰਨਾ ਤਾਂ ਕੀ ਬਣਾਉਣਾ ਸੀ, ਪਹਿਲਾਂ ਹੀ ਸਾਰੀ ਗੱਲ ਦਾ ਪਤਾ ਸੀ, ਇਹ ਗੁਰਤਾ ਦੇ ਮਾਲਕ ਹਨ। ਪਰ ਪਿਆਰਿਓ, ਜਿਹੜੀ ਪ੍ਰੀਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਲਈ ਹੈ, ਉਹ ਸਧਾਰਨ ਨਹੀਂ ਸੀਗੀ। ਬੜੀਆਂ ਪ੍ਰੀਖਿਆਵਾਂ ਨੇ, ਇੱਕ ਪ੍ਰੀਖਿਆ ਇਹ ਵੀ ਹੈ ਵੀ ਬਚਨ 'ਤੇ ਭਰੋਸਾ ਕਿੰਨਾ ਹੈ, ਆਪਣਾ ਕੀ ਹਿਸਾਬ ਹੈ। ਕੋਈ ਮੰਗ ਨਹੀਂ ਪੂਰੀ ਹੋਈ, ਆਪਾਂ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਚਲੇ ਜਾਂਦੇ ਹਾਂ ਵੀ ਸਾਡੀ ਮੰਗ ਨਹੀਂ ਪੂਰੀ ਹੋਈ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ। ਅਤੇ ਇਹ ਦਾਸ ਬੇਨਤੀ ਕਰੇ, ਜੇ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ, ਸਾਰੀ ਦੁਨੀਆਂ 'ਚ ਜਿੱਥੇ ਮਰਜ਼ੀ ਬੰਦਾ ਤੁਰੇ ਫਿਰੇ, ਪੂਰੀ ਪੈਣੀ ਵੀ ਨਹੀਂ ਕਿਤੇ, ਫਿਰ ਜੀ ਕਿਤੇ ਨਹੀਂ ਛੱਡ ਕੇ ਗਏ। ਬੜੀਆਂ ਪ੍ਰੀਖਿਆਵਾਂ ਹੋਈਆਂ, ਭਾਵੇਂ ਕਿ ਉਹ ਇਤਿਹਾਸ ਆਪ ਜੀ ਜਾਣਦੇ ਹੋ, 24,000 ਕਹਿੰਦੇ ਲਗਭਗ ਸੰਗਤ ਸੀਗੀ ਉਸ ਦਿਨ ਜਿੱਦਣ ਮਹਾਰਾਜ ਨੇ ਰੁੱਖ ਤੋਂ ਮਠਿਆਈ ਡਿਗਾਈ ਹੈ। 24,000 ਪ੍ਰਬੰਧਕ ਬੈਠੇ ਨੇ ਮੇਰੇ ਸਾਹਮਣੇ, 1,000 ਕੁ ਸਰੀਰ ਆ ਜਾਵੇ ਕਿਤੇ, ਪ੍ਰਸ਼ਾਦਾ ਛਕਾਉਣਾ ਹੋਵੇ, ਬੜੀ ਵੱਡਾ ਇੱਕ ਪ੍ਰਬੰਧ ਦਾ ਵਿਸ਼ਾ ਹੁੰਦਾ ਵੀ ਇੰਨਾ ਪ੍ਰਬੰਧ ਕਰਨਾ ਹੈ, ਸਾਰਾ ਇੰਤਜ਼ਾਮ ਕਰਨਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸੰਗਤ ਸੱਦ ਲਈ, ਆਸੇ ਪਾਸਿਓਂ ਬਹੁਤ ਸੰਗਤ ਆਈ, ਖੇਡ ਕੇ ਵਰਤਾਈ, ਦਾਣੇ ਸਾਰੇ ਮੁਕਾ ਦਿੱਤੇ ਜੀ। ਦੁਪਹਿਰ ਦਾ ਸਮਾਂ ਹੈ, ਗੁਰੂ ਨਾਨਕ ਸਾਹਿਬ ਨੂੰ ਲਾਂਗਰੀ ਆ ਕੇ ਪੁੱਛਦਾ, ਮਹਾਰਾਜ ਅੱਜ ਦਾ ਪ੍ਰਬੰਧ ਫਿਰ ਕੀ ਕਰਨਾ ਹੈ? ਸਤਿਗੁਰੂ ਦੇ ਸਾਹਮਣੇ ਕਿੱਕਰ ਦਾ ਰੁੱਖ ਸੀ ਪਿਆਰਿਓ, ਕਿੱਕਰ ਦਾ। ਮਹਾਰਾਜ ਨੇ ਸ਼੍ਰੀ ਚੰਦਰ ਜੀ ਨੂੰ ਆਖਿਆ, ਮਹਾਰਾਜ ਕਿਵੇਂ ਹੋ ਸਕਦਾ ਸੇਬ ਦਾ ਰੁੱਖ ਹੋਵੇ ਕਦੀ ਅੰਬ ਨਹੀਂ ਲੱਗਾ? ਛੋਟੇ ਬੇਟੇ ਨੇ ਵੀ ਇਹੋ ਗੱਲ ਕਹਿ ਦਿੱਤੀ ਹੈ, ਗੁਰੂ ਅੰਗਦ ਸਾਹਿਬ ਨੂੰ ਇਸ਼ਾਰਾ ਹੀ ਕੀਤਾ, ਪੁਰਖਾ 7 ਬਚਨ ਮਹਾਰਾਜ ਟਾਣ ਹੰਢਾਉਣ ਲੱਗ ਪਏ। ਪਿਆਰਿਓ, ਦੁਪਹਿਰ ਦੇ ਚੜ੍ਹੇ ਸਨ, ਸ਼ਾਮ ਤੱਕ ਟਾਣ ਹਿਲਾਉਂਦੇ ਰਹੇ ਹੈ, ਦੁਪਹਿਰ ਤੋਂ ਲੈ ਕੇ ਸ਼ਾਮ ਤੱਕ 4-5 ਘੰਟੇ ਲਗਾਤਾਰ ਉਸ ਟਾਣ ਤੋਂ ਮਠਿਆਈਆਂ ਡਿੱਗਦੀਆਂ ਰਹੀਆਂ ਨੇ, ਮਠਿਆਈਆਂ ਡਿੱਗਦੀਆਂ ਰਹੀਆਂ ਨੇ। ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਅੱਗੇ ਜਾ ਕੇ ਕਥਾ ਆਏਗੀ, ਜਿੰਨੇ ਜੋ ਜੋ ਸਾਹਮਣੇ ਆ ਕੇ ਫੁਰਨਾ ਬਣਾਇਆ ਆਹ ਖਾਣਾ, ਉਹ ਚੀਜ਼ ਥੱਲੇ ਡਿੱਗ ਜਾਂਦੀ ਸੀਗੀ। ਜਦੋਂ ਮਹਾਰਾਜ ਟਾਣ ਹਿਲਾ ਕੇ ਮਠਿਆਈਆਂ ਛਕਾ ਕੇ ਥੱਲੇ ਆਏ ਹੈ, ਤਾਂ ਇੱਕ ਸਿੱਖ ਗੁਰੂ ਅੰਗਦ ਸਾਹਿਬ ਨੂੰ ਪੁੱਛਦਾ, ਲਹਿਣਾ ਜੀ ਤੁਸੀਂ ਉੱਤੇ ਚੜ੍ਹ ਗਏ, ਜੇ ਨਾ ਡਿੱਗਦਾ ਕੁਝ ਤਾਂ ਬੇਇੱਜ਼ਤੀ ਹੋ ਜਾਣੀ ਸੀ। ਗੁਰੂ ਅੰਗਦ ਸਾਹਿਬ ਕਹਿੰਦੇ ਆ, ਭਾਈ
ਮੈਨੂੰ ਗੁਰਦੇਵ ਦਾ ਹੁਕਮ ਸੀਗਾ ਉੱਪਰ ਜਾਣਾ, ਟਾਹਣ ਹਿਲਾਉਣਾ, ਮੇਰਾ ਕੰਮ ਹੈ ਟਾਹਣ ਹਿਲਾਉਣਾ, ਮਠਿਆਈਆਂ ਡਿੱਗਣਾ ਨਾ ਡਿੱਗਣਾ, ਇਹ ਮੇਰੇ ਸਤਿਗੁਰੂ ਜੀ ਦਾ ਕਾਰਜ ਹੈ। ਬਾਕੀ ਸਿੱਖ ਨੂੰ ਭਰੋਸਾ ਹੋਣਾ ਚਾਹੀਦਾ, ਜੇ ਕਿਹਾ ਹੈ ਵੀ ਮਠਿਆਈਆਂ ਡਿੱਗਣਗੀਆਂ ਤਾਂ ਫਿਰ ਡਿੱਗਣਗੀਆਂ। ਅੱਜ ਤੱਕ ਕਿਸੇ ਇਤਿਹਾਸ ਵਿੱਚ ਐਸਾ ਨਹੀਂ ਸੀ ਹੋਇਆ। ਬੜੀ ਪ੍ਰੀਖਿਆ ਲਈ ਹੈ। ਰਾਏ ਸੱਤਾ ਜੀ ਅਤੇ ਰਾਏ ਬਲਵੰਡ ਜੀ ਕਹਿੰਦੇ ਹੈ, ਸਿੱਖਾਂ ਪੁੱਤਰਾਂ ਘੋਖ ਕਹਿ ਸਭ ਉਮਤ ਵੇਖੋ ਜੇ ਕਿਉਂ, ਜਾਂ ਸੁਧੋਸ ਤਾਂ ਲਹਿਣਾ ਟਿਕਿਉਣ। ਸਤਿਗੁਰੂ ਨੇ ਸਿੱਖਾਂ ਦੀ ਵੀ ਪਰਖ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਤਰਾਂ ਦੀ ਵੀ ਪਰਖ ਕੀਤੀ, ਸਿੱਖਾਂ ਦੀ ਪਰਖ ਕੀਤੀ, ਪੁੱਤਰਾਂ ਦੀ ਪਰਖ ਕੀਤੀ, ਸਾਰੀ ਉਮਤ ਦੀ ਪਰਖ ਕੀਤੀ ਹੈ। ਜਦੋਂ ਸਾਰਿਆਂ ਦੀ ਪਰਖ ਹੋਈ ਹੈ, ਸ਼ੁੱਧ ਜੇ ਕੋਈ ਨਿਕਲਿਆ ਤਾਂ ਭਾਈ ਲਹਿਣਾ ਜੀ ਨਿਕਲੇ ਨੇ। ਮਹਾਰਾਜ ਜੀ ਬਾਣੀ 'ਚ ਕਿਰਪਾ ਕਰਦੇ ਹਨ, ਸਿੱਖਾਂ ਪੁੱਤਰਾਂ ਘੋਖ ਕਹਿ ਸਭ ਉਮਤ ਵੇਖੋ ਜੇ ਕਿਉਂ, ਜਾਂ ਸੁਧੋਸ ਤਾਂ ਲਹਿਣਾ ਟਿਕਿਉਣ। ਕੀ ਪਰਖ ਹੋਈ ਹੈ ਮਹਾਰਾਜ ਦੀ ਹਾਜ਼ਰੀ 'ਚ ਪਿਆਰੇ, ਉਹ ਹਜ਼ਾਰਾਂ ਲੋਕ ਰਹਿੰਦੇ ਸਨ, ਸਤਿਗੁਰੂ ਨੇ ਪਰਖ ਕੀਤੀ। 7 ਸਾਲ 'ਚ ਸੇਵਾ ਦੇ ਪ੍ਰਸੰਗ ਬੜੇ, ਤੁਸੀਂ ਬੜੀ ਬੜੀ ਸਰਵਣ ਕੀਤੇ ਹੈ। ਸਤਿਗੁਰੂ ਨੇ ਪਰਖ ਕੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਲੰਗਰ ਦਾ ਬੰਦ, ਲੰਗਰ ਜਿਹੜਾ ਸੀ ਉਹ ਖੇਡ ਰਚਾ ਦਿੱਤੀ, ਦਾਣੇ ਮੁਕਾ ਤਾ, ਲੰਗਰ ਬੰਦ ਹੋ ਗਿਆ ਜੀ। 10-10 ਦਿਨ ਕਰਤਾਰਪੁਰ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਕਲਾ ਵਰਤਾ ਕੇ ਲੰਗਰ ਨਹੀਂ ਚੱਲਣ ਦਿੱਤਾ ਜੀ। ਹੁਣ ਇੱਕ ਟਾਈਮ ਨਾ ਪ੍ਰਸ਼ਾਦਾ ਮਿਲੇ ਤੇ ਰੌਲਾ ਨਾ ਪੈ ਜਾਵੇ, ਜਾਂ 2 ਟਾਈਮ ਨਾ ਪ੍ਰਸ਼ਾਦਾ ਮਿਲੇ ਰੌਲਾ ਪੈ ਜਾਂਦਾ ਵੀ ਸਾਨੂੰ ਪ੍ਰਸ਼ਾਦਾ ਨਹੀਂ ਛਕਾਉਂਦੇ, ਸੇਵਾ ਕਰਾਈ ਜਾਂਦੇ ਸਾਡੇ ਕੋਲੋਂ। ਤੇ ਜਦੋਂ 1 ਦਿਨ ਪੂਰਾ ਨਾ ਪ੍ਰਸ਼ਾਦਾ ਮਿਲੇ ਫਿਰ ਤਾਂ ਇਨਤਿਹਾ ਹੋ ਜਾਂਦੀ ਵੀ ਹੁਣ ਨਹੀਂ, ਹੁਣ ਮੁਸ਼ਕਲ, ਇੱਥੇ ਤਾਂ ਪ੍ਰਸ਼ਾਦਾ ਨਹੀਂ ਮਿਲਦਾ। 10-10 ਦਿਨ ਕਰਤਾਰਪੁਰ ਸਾਹਿਬ ਦੇ ਵਿੱਚ ਪ੍ਰਸ਼ਾਦਾ ਨਹੀਂ ਸੀ ਪੱਕਿਆ, ਮਹਾਰਾਜ ਪ੍ਰੀਖਿਆ ਲੈ ਰਹੇ ਸਨ 10-10 ਦਿਨ। ਉਹ ਜਿਹੜੇ ਹਜ਼ਾਰਾਂ ਸਨ ਨਾ ਪਿਆਰਿਓ, ਬਹੁਤ ਸਾਰੇ ਝੜ ਗਏ ਤੇ ਸੈਂਕੜੇ ਰਹਿ ਗਏ। 10-10 ਦਿਨਾਂ ਬਾਅਦ ਲੰਗਰ ਮਿਲਣਾ, ਮਹਾਰਾਜ ਜੀ ਨੇ ਥੋੜ੍ਹਾ ਜਿਹਾ ਸੁਭਾਅ ਫੇਰ ਲਿਆ, ਪ੍ਰੀਖਿਆ ਲੈ ਰਹੇ ਸਨ, ਰੁੱਖਾ ਬੋਲਣ ਲੱਗ ਪਏ। ਇੱਕ ਹੈ ਰੁੱਖਾ ਉਂਝ ਬੋਲਣਾ, ਇੱਕ ਹੈ ਰੁੱਖਾ ਬੋਲਣ ਪਿੱਛੇ ਮਕਸਦ ਕੀ ਹੈ, ਮਹਾਰਾਜ ਪ੍ਰੀਖਿਆ ਲੈ ਰਹੇ ਸਨ ਸੱਚੇ ਪਾਤਸ਼ਾਹ। ਧੰਨ ਗੁਰੂ ਨਾਨਕ ਦੇਵ ਸਾਹਿਬ, ਸੱਚੇ ਪਾਤਸ਼ਾਹ ਪ੍ਰੀਖਿਆ ਲੈਂਦੇ ਆ, ਬਹੁਤ ਸਾਰੇ ਝੜ ਗਏ ਉਹ ਕਹਿੰਦੇ ਤੇ ਪ੍ਰਸ਼ਾਦਾ ਨਹੀਂ ਦਿੰਦੇ ਛਕਣ ਵਾਸਤੇ। 10-10 ਦਿਨਾਂ ਬਾਅਦ ਪ੍ਰਸ਼ਾਦਾ ਛਕਣਾ ਤੇ ਬੜੇ ਥੋੜੇ ਸਿੱਖ ਸਨ ਜਿਹੜੇ ਟਿਕੇ। ਦਾਸ ਇਹ ਪ੍ਰਸੰਗ ਦੀ ਸਵੇਰ ਦੀ 3ਵੀਂ ਵਾਰੀ ਕਥਾ ਕਰਨ ਲੱਗਾ, ਪਰ ਅੰਦਰੋਂ ਇਹੋ ਹੀ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ, ਅਸੀਂ ਅੱਜ ਵੀ ਫੇਲ ਹੈ, ਅਸੀਂ ਕੱਲ੍ਹ ਵੀ ਫੇਲ ਹੈ, ਸਾਡੇ 'ਤੇ ਕਿਰਪਾ ਕਰਿਓ, ਸਾਡੇ ਕੋਲੋਂ ਪ੍ਰੀਖਿਆ ਨਹੀਂ ਦਿੱਤੀ ਜਾਣੀ। ਗੁਰੂ ਦੀ ਕਸਵੱਟੀ ਤੇ ਸਾਧ ਸੰਗਤ ਦੀ ਦਾਸ ਨਹੀਂ ਟਿਕ ਸਕਦਾ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਿਆ ਨਾ ਕੋਈ, ਮੇਰੇ ਵਰਗਾ ਕੈਸਾ ਟਿਕ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਮਹਾਰਾਜ ਖੇਡ ਵਰਤਾਈ ਹੈ, ਕਿਹਾ ਹੈ ਖੇਤੀ ਕਰੋ, ਖੇਤੀ ਕੀਤੀ, ਮਿਹਨਤ ਲਾਈ ਸਾਰਿਆਂ ਨੇ। ਪਿਆਰਿਓ ਜਦੋਂ ਅੰਨ ਦਾ ਬੋਲ ਤਿਆਰ ਹੋ ਗਿਆ ਨਾ, ਤੇ ਜਿਹੜਾ ਬਚਨ ਮਹਾਰਾਜ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਪ੍ਰੀਖਿਆ ਲੈਣ ਵਾਸਤੇ, ਸੁਣਨ ਵਾਲਿਆਂ ਦੀਆਂ ਡਾਡਾਂ ਨਿਕਲ ਗਈਆਂ ਸਨ। ਗੁਰੂ ਨਾਨਕ ਸਾਹਿਬ ਮਹਾਰਾਜ, ਅੰਨ ਦਾ ਪੂਰਾ ਬੋਲ ਤਿਆਰ ਹੋਇਆ, ਵੱਡਾ ਢੇਰ ਲੱਗਾ, ਬੜੀ ਮਿਹਨਤ ਨਾਲ ਖੇਤੀ ਤਿਆਰ ਹੋਈ ਹੈ, ਅੰਨ ਤਿਆਰ ਹੋਇਆ ਹੈ, ਆਇਆ ਸੀ, ਹੁਣ ਤਾਂ ਅੰਨ ਆ ਗਿਆ, ਇਹਨਾਂ ਰੱਜ ਕੇ ਛਕਾਂਗੇ। ਜਦੋਂ ਤਿਆਰ ਹੋਇਆ, ਗੁਰੂ ਨਾਨਕ ਸਾਹਿਬ ਕਹਿੰਦੇ ਅੱਗ ਲਾ ਦਿਓ ਸਾਰੇ ਨੂੰ, ਕੌਣ ਟਿਕੇ ਉੱਥੇ, ਕੋਈ ਨਹੀਂ ਟਿਕਦਾ। ਡਾਡਾਂ ਨਿਕਲ ਗਈਆਂ,
ਕਹਿੰਦੇ ਮਹਾਰਾਜ ਐਸਾ ਨਹੀਂ ਹੋ ਸਕਦਾ, ਜਿਨ੍ਹਾਂ 'ਤੇ ਮਿਹਨਤ ਕੀਤੀ ਸੀ ਉਹ ਭੱਜ ਗਏ, ਜਿਨ੍ਹਾਂ ਦੇ ਅੰਦਰ ਸੇਵਾ ਭਾਵ ਸੀ ਉਹ ਸਤਿਗੁਰੂ ਦੇ ਚਰਨਾਂ 'ਚ ਬੈਠੇ ਰਹੇ ਜੀ, ਉਹਨਾਂ ਉਸ ਬੋਹੜ ਨੂੰ ਵੀ ਅੱਗ ਲਾਈ ਹੈ। ਪ੍ਰੀਖਿਆ ਸੀਗੀ, ਜਦੋਂ ਬੋਹੜ ਨੂੰ ਅੱਗ ਲਾਉਣ ਬਾਰੇ ਆਖਿਆ ਹੋਰ ਥੋੜ੍ਹੇ ਰਹਿ ਗਏ ਕਰਤਾਰਪੁਰ ਸਾਹਿਬ 'ਚ, ਕਿਤੇ ਛੋਟੀ ਮੋਟੀ ਗੱਲ ਥੋੜ੍ਹੀ, ਜਿੰਨੀ ਵੱਡੀ ਵਡਿਆਈ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪ੍ਰਾਪਤ ਕੀਤੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਦੀ 'ਤੇ ਬੈਠੇ ਹੈ, ਛੋਟੀ ਮੋਟੀ ਵਡਿਆਈ ਨਹੀਂ ਹੈ ਸਾਧ ਸੰਗਤ ਜੀ, ਇਹ ਬੜੀ ਵੱਡੀ ਵਡਿਆਈ ਹੈ, ਬਹੁਤ ਵੱਡੀ ਵਡਿਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਖੇਡ ਕੀ ਬਣਾਈ ਹੈ, ਅਖੀਰ ਪ੍ਰੀਖਿਆ ਲਈ ਗੁਰੂ ਨਾਨਕ ਸਾਹਿਬ ਨੇ। ਸੇਵਾ ਦੇ ਪ੍ਰਸੰਗ ਦਾਸ ਨੇ ਅੱਗੇ ਬੇਨਤੀ ਕੀਤੀ, ਹੈ ਵੀ ਗੁਰੂ ਅੰਗਦ ਸਾਹਿਬ ਦੇ ਨੇ, ਕਈ ਪ੍ਰਸੰਗ ਨੇ ਤੁਸਾਂ ਸੁਣੇ ਵੀ ਬੜੀ ਬਰੀ ਹੈ, ਬਸ ਕਮਾਉਣ ਦੀ ਲੋੜ ਹੈ। ਅਖੀਰ ਜਿਹੜੀ ਪ੍ਰੀਖਿਆ ਲਈ ਹੈ, ਮਹਾਰਾਜ ਧਾਨਕ ਦਾ ਰੂਪ ਬਣਾਉਂਦੇ ਹੈ, ਦੋ ਕੁੱਤੀਆਂ ਇੱਕ ਕੁੱਤਾ, ਗਲ 'ਚ ਰੱਸੀ ਪਾ ਕੇ ਮਹਾਰਾਜ ਨੇ ਹੱਥ 'ਚ ਫੜ ਲਿਆ, ਮੈਲੇ ਕਚੈਲੇ ਬਸਤਰ ਪਾ ਲਏ, ਹੱਥ 'ਚ ਸੋਟਾ ਫੜ ਲਿਆ ਗੁਰੂ ਨਾਨਕ ਸਾਹਿਬ ਜੀ ਨੇ। ਸਾਰਿਆਂ ਨੂੰ ਭਜਾਈ ਜਾਂਦੇ ਆ, ਕਿਸੇ ਨੂੰ ਸੋਨੇ ਦਾ ਲਾਲਚ ਦੇ ਤਾ, ਕਿਸੇ ਨੂੰ ਚਾਂਦੀ ਦਾ ਲਾਲਚ ਦੇ ਤਾ, ਕਿਸੇ ਨੂੰ ਮਾਇਆ ਦਾ ਲਾਲਚ ਦੇ ਤਾ, ਜਿਨ੍ਹਾਂ ਜਿਨ੍ਹਾਂ ਨੂੰ ਮਾਇਆ ਚਾਹੀਦੀ ਸੀ ਸਾਰੇ ਲੈ ਕੇ ਜਾਂਦੇ ਰਹੇ ਆ। ਅਖੀਰ ਸਤਿਗੁਰੂ ਦੇ ਪਿੱਛੇ ਜੰਗਲ ਵਿੱਚ ਆਉਣ ਵਾਲੇ ਪਿਆਰਿਓ ਚਾਰ ਸਿੱਖ ਸਨ, ਚਾਰ ਸਿੱਖ, ਉਹਨਾਂ ਵਿੱਚੋਂ ਇੱਕ ਨੇ ਬਾਬਾ ਬੁੱਢਾ ਸਾਹਿਬ ਜੀ, ਦੂਜੇ ਨੇ ਭਾਈ ਸਧਾਰਨ ਜੀ, ਤੀਜੇ ਨੇ ਭਾਈ ਭਗੀਰਥ ਜੀ, ਅਤੇ ਚੌਥੇ ਨੇ ਭਾਈ ਲਹਿਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕੁਤਬੇ ਮਾਰੇ, ਪਿੱਛੇ ਆਉਣਾ ਤਾਂ ਬੰਦ ਹੋ ਗਏ ਸਧਾਰਨ ਜੀ ਅਤੇ ਭਗੀਰਥ ਜੀ, ਪਰ ਜੰਗਲ ਵਿੱਚ ਨਾ ਛੱਡ ਕੇ ਨਹੀਂ ਗਏ ਗੁਰੂ ਨਾਨਕ ਸਾਹਿਬ ਨੂੰ, ਇੱਕ ਰੁੱਖ ਦੇ ਓਹਲੇ ਹੋ ਕੇ ਲੁਕ ਗਏ ਜੀ, ਵੇਖਣਾ ਵੀ ਮਹਾਰਾਜ ਕੀ ਕਰਦੇ ਆ, ਪਿੱਛਾ ਕਰਦੇ ਆ, ਜਦੋਂ ਪਿੱਛਾ ਭੌਂ ਕੇ ਸਤਿਗੁਰੂ ਵਹਿੰਦੇ ਆ ਓਹਲੇ ਹੋ ਕੇ ਲੁਕ ਜਾਂਦੇ ਆ, ਜਿਹੜਾ ਪਿੱਛੇ ਚੱਲਦਾ ਆਉਂਦਾ ਸੀ ਉਹਨੂੰ ਡਾਂਗ ਮਾਰਦੇ ਸਨ ਮਹਾਰਾਜ। ਸਧਾਰਨ ਜੀ ਅਤੇ ਭਗੀਰਥ ਜੀ ਵੀ ਲੁਕ ਗਏ, ਅਤੇ ਬਾਬਾ ਬੁੱਢਾ ਸਾਹਿਬ ਆਏ ਅਤੇ ਭਾਈ ਲਹਿਣਾ ਜੀ। ਮਹਾਰਾਜ ਨੇ ਪਿੱਛਾ ਭੌਂ ਕੇ ਦੇਖਿਆ, ਬਾਬਾ ਬੁੱਢਾ ਸਾਹਿਬ ਅਤੇ ਭਾਈ ਵਾਹਿਗੁਰੂ ਲਹਿਣਾ ਜੀ ਉਹ ਪਿੱਛੇ ਪਿੱਛੇ ਨੇ। ਬਾਬਾ ਬੁੱਢਾ ਸਾਹਿਬ ਨੂੰ ਸਤਿਗੁਰੂ ਕੁਤਬਾ ਮਾਰ ਕੇ ਕਹਿੰਦੇ ਆ, ਜਾ ਬੁੱਢਿਆ ਵਾਪਸ ਚਲੇ ਜਾ। ਬਾਬਾ ਬੁੱਢਾ ਸਾਹਿਬ ਕਹਿੰਦੇ, ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਨਹੀਂ ਰਹਿ ਸਕਦਾ। ਮਹਾਰਾਜ ਕਹਿੰਦੇ, ਤੈਨੂੰ ਆਖਿਆ ਨਾ ਤੈਥੋਂ ਓਹਲੇ ਕਦੇ ਨਾ ਹੋਸਾ, ਜਾ ਇੱਥੋਂ ਚਲੇ ਜਾ। ਬਾਬਾ ਬੁੱਢਾ ਸਾਹਿਬ ਵੀ ਇੱਕ ਰੁੱਖ ਦੇ ਓਹਲੇ ਹੋ ਕੇ ਲੁਕ ਗਏ ਹੈ, ਵੀ ਹੁਣ ਕੀ ਹੁੰਦਾ ਅੱਗੇ। ਇਹ ਪ੍ਰੀਖਿਆ ਸੀ ਬੜੀ ਵੱਡੀ। ਅਖੀਰ ਚੱਲਦੇ ਗਏ ਚੱਲਦੇ ਗਏ, ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨਹੀਂ ਹਟੇ, ਕੱਢ ਕੇ ਆਖੋ ਵਾਹਿਗੁਰੂ। ਇਸ ਤਰ੍ਹਾਂ ਦਾ ਸਿੱਖ ਹੋਵੇ, ਇਹ ਨਹੀਂ ਗਏ ਪਿੱਛੇ ਕਿਤੇ ਵੀ। ਪਿਆਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਪਿੱਛੇ ਹੋਏ ਆ, ਇਹਨਾਂ ਨੂੰ ਵੀ ਤਾੜਨਾ ਕੀਤੀ ਹੈ। ਮਹਾਰਾਜ ਕਹਿੰਦੇ, ਪੁਰਖਾ ਤੂੰ ਕਿਉਂ ਨਹੀਂ ਅਜੇ ਤੱਕ ਗਿਆ। ਹੱਥ ਜੋੜ ਕੇ ਕਹਿੰਦੇ, ਮਹਾਰਾਜ ਕਿਸੇ ਦਾ ਕੋਈ ਸੀ, ਕਿਸੇ ਦਾ ਕੋਈ ਸੀ, ਉਹ ਸਾਰੇ ਉੱਥੇ ਉੱਥੇ ਚਲੇ ਗਏ ਆ, ਮੇਰੇ ਤੇ ਤੁਸੀਂ ਹੋ ਮਹਾਰਾਜ। ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ। ਮਹਾਰਾਜ ਕਹਿੰਦੇ, ਜਾ ਕਿਤੇ ਓਹਲਾ ਹੋ ਕੇ ਲੁਕ ਜਾ। ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਤੇ ਓਹਲਾ ਵੀ ਤੁਸੀਂ ਹੋ, ਤੂੰ ਪਰਬਤ ਮੇਰਾ ਓਹਲਾ ਰਾਮ, ਮੇਰੇ ਤੇ ਓਹਲੇ ਵੀ ਤੁਸੀਂ ਹੋ, ਮੈਨੂੰ ਤੇ ਓਹਲਾ ਵੀ ਤੁਹਾਡਾ, ਮੈਂ ਕਿੱਥੇ ਛੱਡ ਕੇ ਤੁਹਾਨੂੰ ਜਾਵਾਂ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਜਦੋਂ ਨਿਮਰਤਾ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਸਤਿਗੁਰੂ ਕਹਿੰਦੇ, ਪੁਰਖਾ ਫਿਰ ਪ੍ਰੀਖਿਆ ਲਈ ਤਿਆਰ ਹੋ, ਐਵੇਂ ਨਹੀਂ ਸਾਡੇ ਨਾਲ ਆਉਣਾ, ਜੰਗਲ 'ਚ ਮੁਰਦਾ ਕਿੱਥੋਂ ਆਉਣਾ ਸੀ ਪਿਆਰਿਓ। ਇਹ ਤਾਂ ਮਹਾਰਾਜ ਨੇ ਪਰਖ ਲੈਣੀ ਸੀਗੀ। ਅੱਗੇ ਤੁਰੇ ਗਏ ਆ,
ਬਾਬਾ ਬੁੱਢਾ ਸਾਹਿਬ ਸਧਾਰਨ ਅਤੇ ਭਾਈ ਭਗੀਰਥ ਪਿੱਛੇ ਹੋ ਕੇ ਲੁੱਕ ਜਾਂਦੇ ਆ, ਗੁਰੂ ਅੰਗਦ ਸਾਹਿਬ ਹੈ ਜਿਹੜੇ ਸਾਕਸ਼ਾਤ ਪਿੱਛੇ ਪਿੱਛੇ ਤੁਰਦੇ ਆ। ਅੱਗੇ ਜਾ ਕੇ ਮਹਾਰਾਜ ਨੇ ਕੀ ਖੇਡ ਵਰਤਾਈ, ਇੱਕ ਮੁਰਦਾ ਆਇਆ ਕਹਿੰਦੇ ਪੁਰਖਾ ਜੇ ਤੈਨੂੰ ਇੰਨਾ ਹੀ ਸਾਡੇ ਨਾਲ ਪਿਆਰ ਹੈ, ਵੀਰ ਰਸ ਵਿੱਚ ਸਤਿਗੁਰੂ ਕਹਿੰਦੇ ਅੱਖਾ ਫਿਰ ਮੁਰਦਾ ਪਿਆਰਿਓ, ਮੁਰਦੇ ਨੂੰ ਖਾਣਾ ਤੇ ਦੂਰ ਦੀ ਗੱਲ ਹੈ, ਬੰਦੇ ਲਾਗੇ ਵੀ ਜਾਵੇ ਤੇ ਨਹਾਉਂਦਾ ਧੋਂਦਾ ਫਿਰਦਾ ਹੈ, ਖਾਣਾ ਤੇ ਦੂਰ ਦੀ ਗੱਲ ਹੈ। ਫਿਰ ਜਿਹੜੇ ਵੱਡੀ ਭਾਵਨਾ ਰੱਖਦੇ ਆ ਨਾ, ਪ੍ਰਾਪਤੀ ਵੀ ਗੁਰੂ ਤੋਂ ਕਰਦੇ, ਗੁਰੂ ਸਾਹਿਬ ਦੇਣ ਲਈ ਹਰ ਵਕਤ ਤਿਆਰ ਬੈਠੇ ਆ, ਗੱਲ ਤੇ ਸਾਡੀ ਆਪਣੀ ਭਾਵਨਾ ਦੀ ਹੈ, ਜਿੰਨੀ ਵੱਡੀ ਭਾਵਨਾ ਕਰੀ ਜਾਓਗੇ ਓਨੀਆਂ ਜ਼ਿਆਦਾ ਬਖਸ਼ਿਸ਼ਾਂ ਹੋਈ ਜਾਣਗੀਆਂ, ਸਤਿਗੁਰੂ ਤੇ ਦੇਣ ਨੂੰ ਤਿਆਰ ਬੈਠੇ ਆ। ਦੱਸੋ ਕਿਹੜੀ ਚੀਜ਼ ਹੈ ਜਿਹੜੀ ਮਹਾਰਾਜ ਨਹੀਂ ਦਿੰਦੇ? ਸਤਿਬਚਨ ਮਹਾਰਾਜ ਪਿਆਰਿਓ ਉਸ ਮੁਰਦੇ ਦੀ ਪਰਿਕਰਮਾ ਕਰੀ ਜਾਂਦੇ ਆ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਫਿਰ ਵੀਰ ਰਸ ਚ ਕਹਿੰਦੇ ਆ, ਪੁਰਖਾ ਤੈਨੂੰ ਆਖਿਆ ਸੀਗਾ ਇਹਨੂੰ ਖਾਣਾ, ਖਾਣ ਕਿਉਂ ਨਹੀਂ ਰਿਹਾ? ਹੱਥ ਜੋੜ ਕੇ ਕਹਿੰਦੇ ਸਤਿਗੁਰੂ ਸਿਰ ਵਾਲੇ ਪਾਸਿਓਂ ਖਾਣਾ ਹੈ ਕਿ ਪੈਰਾਂ ਵਾਲੇ ਪਾਸਿਓਂ ਖਾਣਾ ਹੈ? ਇਹ ਹੱਦ ਸੀ ਪ੍ਰੀਖਿਆ ਦੀ। ਆਪ ਵਿਚਾਰ ਕਰੋ ਵੀ ਸਤਿਗੁਰੂ ਆਪਣੇ ਸਿੱਖ ਨੂੰ ਮੁਰਦਾ ਛਕਾ ਸਕਦੇ ਹੈ? ਇਹ ਤਾਂ ਇੱਕ ਪ੍ਰੀਖਿਆ ਸੀਗੀ, ਟੈਸਟ ਕੈਸਾ ਵੀ ਹੋ ਸਕਦਾ ਹੈ, ਇੱਕ ਪ੍ਰੀਖਿਆ ਸੀਗੀ। ਅੱਜ ਅਸਾਂ ਹੀ ਆਪਾਂ ਹੀ ਆਪਣੇ ਆਪ ਨੂੰ ਵੇਖ ਲਈਏ, ਸਾਧ ਸੰਗਤ ਜੀ ਸਾਨੂੰ ਕੋਈ ਕਹੇ ਕਿੱਥੋਂ ਹੈ ਮਾਫ਼ ਕਰਿਓ, ਅਸੀਂ ਤਾਂ ਉਸ ਲਾਈਨ 'ਚ ਹੀ ਭੱਜ ਜਾਣਾ ਸੀ ਜਦੋਂ 10 ਦਿਨ ਦਾ ਲੰਗਰ ਬੰਦ ਹੋ ਗਿਆ ਸੀਗਾ, ਵੀ ਸਾਡੇ ਕੋਲ ਨਹੀਂ ਰਿਹਾ ਜਾਂਦਾ, ਇੱਥੇ ਅਸੀਂ ਨਹੀਂ ਰਹਿ ਸਕਦੇ। ਮਹਾਰਾਜ ਆਪ ਜੀ ਨੇ ਇਹ ਨਹੀਂ ਦੱਸਿਆ ਸਿਰ ਵਾਲੇ ਪਾਸਿਓਂ ਖਾਣਾ ਕਿ ਪੈਰਾਂ ਵਾਲੇ ਪਾਸਿਓਂ? ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਪੁਰਖਾ ਸਿਰ ਵਾਲੇ ਪਾਸਿਓਂ ਨਹੀਂ, ਪੈਰਾਂ ਵਾਲੇ ਪਾਸਿਓਂ ਸ਼ੁਰੂ ਹੋ, ਸਿਰ ਤੱਕ ਸਾਰਾ ਹੀ ਖਾਣਾ ਹੈ। ਸਤਿਬਚਨ ਮਹਾਰਾਜ ਬੜਾ ਔਖਾ ਕਾਰਜ ਸੀਗਾ, ਦਾਸ ਬੇਨਤੀ ਕਰੇ ਸਿੱਖੀ ਨਾਮ ਨਾ ਵਪਾਰ ਦਾ ਹੈ, ਸਿੱਖੀ ਨਾਮ ਨਾ ਹੀ ਗੱਲਾਂ ਦਾ ਹੈ, ਇਹ ਮਾਰਗ ਕਮਾਈ ਦਾ ਹੈ, ਇਹ ਬਚਨ ਇਹ ਸਤਿਬਚਨ ਦਾ ਮਾਰਗ ਹੈ, ਜਿਹੜਾ ਕਮਾਉਂਦਾ ਹੈ ਉਹ ਸਤਿਗੁਰਾਂ ਦੀਆਂ ਖੁਸ਼ੀਆਂ ਲੈਂਦਾ ਹੈ। ਸਤਿਬਚਨ ਮਹਾਰਾਜ ਪਿਆਰਿਓ ਜਦੋਂ ਵਾਹਿਗੁਰੂ ਆਖ ਕੇ ਉਸ ਮੁਰਦੇ ਤੋਂ ਕੱਪੜਾ ਚੁੱਕਿਆ ਪੈਰਾਂ ਵਾਲੇ ਪਾਸਿਓਂ, ਮੁਰਦਾ ਮਹਾਰਾਜ ਨੇ ਥੋੜ੍ਹੀ ਛਕਾਉਣਾ ਸੀਗਾ, ਇਹ ਤਾਂ ਪ੍ਰੀਖਿਆ ਹੀ ਲੈਣੀ ਸੀ ਮੁਰਦੇ ਨੂੰ ਛਕਣ ਵਾਸਤੇ, ਗੋਡੇ ਭਾਰ ਹੋ ਕੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਦਾ ਚੁੱਕਿਆ, ਉਸੇ ਵੇਲੇ ਜਿਹੜੀ ਲਾਸ਼ ਸੀ ਉਹ ਕੜਾ ਪ੍ਰਸ਼ਾਦ ਦੀ ਦੇਗ ਬਣ ਗਈ ਜੀ। ਇੱਕ ਮੁਰਦਾ ਤੇ ਛੱਡੋ, ਜੇ ਗੁਰੂ ਨਾਨਕ ਚਾਹੇ, ਗੁਰੂ ਨਾਨਕ ਸਾਹਿਬ ਚਾਹੁਣ ਆ ਬੱਚੇ ਨੂੰ ਕੰਟਰੋਲ ਕਰੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਆਉਣ ਤੇ ਪਿਆਰਿਓ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਇੱਕ ਮੁਰਦਾ ਤੇ ਛੱਡੋ, ਸਾਰੇ ਸੰਸਾਰ ਨੂੰ ਹੀ ਮਹਾਰਾਜ ਕੜਾ ਪ੍ਰਸ਼ਾਦ ਦੀ ਦੇਗ ਬਣਾ ਦੇਣਾ ਜੀ, ਕਿਉਂਕਿ ਉਹ ਗੁਰੂ ਹੈ। ਜਿੱਥੇ ਗੁਰੂ ਸ਼ਬਦ ਹੈ ਨਾ ਉੱਥੇ ਬੜੀ ਵਿਸ਼ਾਲਤਾ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਉਹ ਕੜਾ ਪ੍ਰਸ਼ਾਦ ਦੀ ਦੇਗ ਛਕਣ ਲੱਗ ਪਏ, ਸੀਨਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਖਸ਼ਿਸ਼ਾਂ ਦਾ ਘਰ, ਮਹਾਰਾਜ ਨੂੰ ਤਾਂ ਪਹਿਲਾਂ ਹੀ ਪਤਾ ਹੈ ਇਹੋ ਹੀ ਗੁਰਤਾ ਗੱਦੀ ਦੇ ਮਾਲਕ ਨੇ, ਇਹੋ ਹੀ ਸਾਰਾ ਕੁਝ ਹੈ ਮਹਾਰਾਜ ਤੇ ਪ੍ਰੀਖਿਆ ਲੈ ਰਹੇ ਸਨ। ਜਦੋਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਨੇ ਵੇਖਿਆ ਕੜਾ ਪ੍ਰਸ਼ਾਦ ਛਕਣ ਲੱਗ ਪਏ ਹੈ, ਅੱਜ ਫਿਰ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਆਪਣੇ ਸੀਨੇ ਨਾਲ ਲਾਇਆ, ਸੀਨੇ ਨਾਲ ਲਾ ਕੇ ਬੜੇ ਪਿਆਰ ਨਾਲ ਬਚਨ ਕੀਤਾ, ਕਹਿੰਦੇ ਪੁਰਖਾ ਤੂੰ ਪਹਿਲੇ ਦਿਨ ਆਇਆ ਸਾਂ, ਤੈਨੂੰ ਕਿਹਾ ਸੀ ਤੂੰ ਲੈਣਾ ਅਸੀਂ ਦੇਣਾ,
महाराज कहिंदे तेरा नाम मैं लैणा, अज कहिंदे तू अज तो बाद साडा अंग है। ते नाम की रखिया प्यारे, ओ नाम रख दिता अंगद। महाराज कहिंदे असीं गुरु नानक देव, तू गुरु नानक दा अंगद देव कहिंदे, तुसी साडे अंग हो। प्यारियो गुरता गद्दी ते गुरु अंगद साहब जी नूं बिठाया, ये अंतम प्रीक्षा ते बहुत वड्डी प्रीक्षा सी कि महाराज सच्चे पातशाह गुरता गद्दी ते बिठा के गए। जदों गुरता गद्दी ते बिठाया है ना, गुरु नानक साहब ने नमस्कार कीती है, कहिंदे गुरु अंगद साहब बहुत वैराग विच आ गए सन, सतगुरु मैं तुहाडे दर दा सेवादार, मैं इन्नी वड्याई की करनी सी महाराज। रिद्धियां सिद्धियां बख्शिशां गुरु अंगद देव साहब सच्चे पातशाह जी दे सामने आके खलो गईयां। गुरु अंगद साहब हाथ जोड़ के कहिंदे सतगुरु ये सारा कुछ तुसी रख लो, मैनू सिखी दे दिओ, मैं ये ताकतां नूं वरतांगा किवें। महाराज कहिंदे पुरखा रहणगियां तेरे कोलों, वरतनियां वरती, नहीं वरतनियां ना वरती। ता उमर फिर गुरु अंगद देव साहब महाराज ने कोई करामात नहीं सी विखाई। ਇਹ ਗੱਲ ਵੱਖਰੀ ਹੈ, ਸੁੱਤੇ ਸਿੱਧ ਮਹਾਰਾਜ ਸੱਚੇ ਪਾਤਸ਼ਾਹ ਕਿਉਂ ਕਰਾਮਾਤਾਂ ਦੇ ਘਰ ਨੇ, ਬਖਸ਼ਿਸ਼ਾਂ ਵੈਸੇ ਹੀ ਵਰਤੀ ਜਾਂਦੀਆਂ ਸਨ। ਸੁੱਤੇ ਸਿੱਧ ਸਿੱਧ ਇੱਕ ਦਿਨ ਆਏ ਗੁਰੂ ਅੰਗਦ ਸਾਹਿਬ ਜੀ ਦੀ ਪ੍ਰੀਖਿਆ ਲੈਣ ਵਾਸਤੇ। ਕਿਉਂ? ਗੋਰਖਨਾਥ ਉਹਦੇ ਚੇਲੇ ਚੱਲ ਕੇ ਆਏ। ਉਹਨਾਂ ਦਾ ਕਾਰਨ ਇਹ ਸੀ, ਉਹ ਚਾਹੁੰਦੇ ਸਨ ਅਸੀਂ ਗੁਰੂ ਨਾਨਕ ਅੱਗੇ ਝੁਕੇ ਹਾਂ, ਨੌ ਖੰਡ ਪ੍ਰਿਥਵੀ ਗੁਰੂ ਨਾਨਕ ਸਾਹਿਬ ਅੱਗੇ ਝੁਕੀ ਹੈ, ਇਹ ਕਿਹੜਾ ਐਸਾ ਭਾਰੀ ਪੁਰਸ਼ ਹੈ ਜਿਹਦੇ ਅੱਗੇ ਗੁਰੂ ਨਾਨਕ ਸਾਹਿਬ ਵੀ ਝੁਕ ਗਏ ਹੈ। ਕਿਉਂਕਿ ਸਾਰੀ ਦੁਨੀਆ ਗੁਰੂ ਨਾਨਕ ਸਾਹਿਬ ਅੱਗੇ ਝੁਕਦੀ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਅੱਗੇ ਝੁਕ ਗਏ ਹੈ। ਇਹ ਕਿਹੜਾ ਐਸਾ ਭਾਰੀ ਪੁਰਸ਼ ਹੈ? ਆ ਕੇ ਨਾ ਸਿੱਧਾਂ ਨੇ ਸਵਾਲਾਤ ਕੀਤੇ। ਹੁਣ ਜੋਤ ਤਾਂ ਉਹੀ ਨੇ ਜਿਹਨਾਂ ਸਿੱਧ ਗੋਸ਼ਟ ਉਚਾਰੀ ਹੈ। ਮਹਾਰਾਜ ਸਿੱਧਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਰਹੇ ਆ। ਅਖੀਰ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਸਿੱਧਾਂ ਨੂੰ ਕਹਿਣ ਲੱਗੇ, ਕਹਿੰਦੇ ਗੱਲ ਵੱਖਰੀ ਹੈ, ਗੁਰੂ ਨਾਨਕ ਨੇ ਮੈਨੂੰ ਆਪਣੀ ਜਗ੍ਹਾ 'ਤੇ ਬਿਠਾ ਤਾ, ਮੈਂ ਯੋਗ ਨਹੀਂ ਹਾਂ। ਸਿੱਧ ਕਹਿੰਦੇ ਕਿਉਂ? ਗੁਰੂ ਅੰਗਦ ਦੇਵ ਸਾਹਿਬ ਨੇਤਰ ਭਰ ਆਏ ਸਨ, ਭਰੇ ਹੋਏ ਨੇਤਰਾਂ ਵਿੱਚ ਬੈਰਾਗ ਵਿੱਚ ਆ ਕੇ ਕਿਹਾ ਸੀ, ਕਹਿਣ ਲੱਗੇ ਸਿੱਧੋ ਉਹਦਾ ਕਾਰਨ ਇਹ ਹੈ ਕੋਈ ਬੱਚਾ ਚਿੱਕੜ ਵਿੱਚ ਡਿੱਗਿਆ ਹੋਵੇ। ਮਾਂ ਉਹਨੂੰ ਪੁੱਛਦੀ ਨਹੀਂ ਤੂੰ ਕਿਵੇਂ ਡਿੱਗਿਆ, ਕਿਉਂ ਡਿੱਗਿਆ, ਕੀ ਹੋਇਆ। ਮਾਂ ਕੀ ਕਰਦੀ ਹੈ? ਮਾਂ ਉਹਨੂੰ ਚੁੱਕਦੀ ਹੈ, ਚਿੱਕੜ ਵਿੱਚੋਂ ਨਵਾਉਂਦੀ ਹੈ, ਧਵਾਉਂਦੀ ਹੈ, ਨਵੇਂ ਬਸਤਰ ਪਾ ਕੇ ਪਲੰਗੇ 'ਤੇ ਬਿਠਾ ਦਿੰਦੀ ਹੈ। ਮੈਨੂੰ ਆਉਂਦਾ ਕੁਝ ਨਹੀਂ, ਮੈਂ ਤਾਂ ਚਿੱਕੜ 'ਚ ਡਿੱਗਿਆ ਸਾਂ, ਗੁਰੂ ਨਾਨਕ ਸਾਹਿਬ ਨੇ ਮੈਨੂੰ ਕੱਢਿਆ, ਨਵਾਇਆ, ਧਵਾਇਆ, ਆਪਣੇ ਅਸਥਾਨ 'ਤੇ ਬਿਠਾ ਦਿੱਤਾ ਹੈ। ਸਿੱਧ ਜਿਹੜੇ ਸਨ ਨਾ, ਬੜੇ ਸਿਆਣੇ ਸਨ, ਉਹ ਕਹਿੰਦੇ ਉਂਝ ਗੁਰੂ ਨਾਨਕ ਨੇ ਝੁਕਣਾ ਵੀ ਨਹੀਂ ਸੀਗਾ, ਇਹ ਗੁਰੂ ਨਾਨਕ ਸਾਹਿਬ ਜੇ ਝੁਕੇ ਹੈ ਪੁਰਖਾ ਤੇਰੀ ਨਿਮਰਤਾ ਕਰਕੇ ਝੁੱਕ ਗਏ ਤੇਰੇ ਅੱਗੇ, ਐਵੇਂ ਨਹੀਂ ਚੁੱਕੇ। ਗੁਰੂ ਅੰਗਦ ਸਾਹਿਬ ਕਿਤੇ ਨਹੀਂ ਕੋਈ ਆਪਾ ਜਣਾਇਆ, ਬਸ ਸੇਵਾ ਕਰਦੇ ਰਹੇ। ਬੜੀ ਵੱਡੀ ਵਡਿਆਈ ਇਹ ਵੀ ਦਾਸ ਹਰ ਗੁਰਪੁਰਬ 'ਤੇ ਬੇਨਤੀ ਕਰਦਾ, ਪਿਆਰਿਓ ਸੇਵਾ ਸਿਮਰਨ ਕਰਕੇ ਸਿੱਖ ਬਣਿਆ ਜਾਂਦਾ, ਸੇਵਾ ਸਿਮਰਨ ਕਰਕੇ ਗੁਰੂ ਨਹੀਂ ਬਣਿਆ ਜਾਂਦਾ, ਗੁਰੂ ਧੁਰੋਂ ਹੀ ਆਉਂਦਾ ਹੈ। ਇਹ ਹੈ, ਇਹ ਤਾਂ ਸਾਨੂੰ ਕਰਕੇ ਵਿਖਾਇਆ ਮਹਾਰਾਜ ਸੱਚੇ ਪਾਤਸ਼ਾਹ ਨੇ, ਇਸ ਤਰੀਕੇ ਦੇ ਨਾਲ ਰਹਿਣਾ, ਇਸ ਤਰੀਕੇ ਦੇ ਨਾਲ ਰਹਿਣਾ। ਔਰ ਜਦੋਂ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲੀ ਹੈ, ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਆ ਗਏ ਸਨ। 6 ਮਹੀਨੇ ਆਪਣੀ ਭੂਆ ਦੇ ਘਰ ਦੇ ਵਿੱਚ ਮਹਾਰਾਜ ਰਹੇ ਹੈ, ਦਰਵਾਜ਼ਾ ਨਾ ਸੀ ਖੋਲ੍ਹਿਆ, ਅੰਦਰ ਹੀ ਰਹੇ ਹੈ। ਔਰ ਭੂਆ ਨੂੰ ਵੀ ਮਨਾ ਕਰ ਦਿੱਤਾ ਸੀਗਾ, ਕਿਸੇ ਨੂੰ ਨਹੀਂ ਦੱਸਣਾ ਵੀ ਮੈਂ ਅੰਦਰ ਹਾਂ। ਬੈਰਾਗ ਵਿੱਚ ਇਤਨੇ ਹੋ ਗਏ ਸਨ, ਇੰਨਾ ਬੈਰਾਗ ਆਉਂਦਾ ਹੁੰਦਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਅੰਦਰ ਨੇ, 6 ਮਹੀਨੇ ਹੋ ਗਏ ਆ,
ਸੰਗਤਾਂ ਬੇਬਲ ਹੋ ਗਈਆਂ। ਤੁਸੀਂ ਭਾਈ ਬਾਲਾ ਜੀ ਦੀ ਕਥਾ ਸੁਣੀ, ਉਹਨਾਂ ਨੂੰ ਵੀ ਬਾਅਦ 'ਚ ਪਤਾ ਲੱਗਾ ਸੀਗਾ ਵੀ ਗੁਰਤਾ ਗੱਦੀ 'ਤੇ ਕੌਣ ਹੈ। 6 ਮਹੀਨੇ ਹੋ ਗਏ ਆ ਸੰਗਤਾਂ ਗੁਰੂ ਨੂੰ ਲੱਭਦੀਆਂ, ਸੰਗਤਾਂ ਇਕੱਠੀਆਂ ਹੋ ਕੇ ਬਾਬਾ ਬੁੱਢਾ ਸਾਹਿਬ ਕੋ ਕਰਤਾਰਪੁਰ ਸਾਹਿਬ ਗਈਆਂ। ਕਰਤਾਰਪੁਰ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਖਡੂਰ ਸਾਹਿਬ ਆਏ ਆ। ਇੱਥੇ ਆ ਕੇ ਅੱਖਾਂ ਬੰਦ ਕਰਕੇ ਬਹਿ ਗਏ ਆ, ਕਿਉਂਕਿ ਸਤਿਗੁਰੂ ਨੇ ਕਿਹਾ ਸੀ ਤੈਥੋਂ ਓਹਲੇ ਕਦੇ ਨਾ ਹੋਸਾਂ। ਅੱਖਾਂ ਬੰਦ ਕਰਕੇ ਬਹਿ ਗਏ ਆ, ਲੱਭਦੇ ਆ ਕਿੱਥੇ ਆ ਮਾਤਾ ਭਰਾਈ ਜੀ ਦੇ ਘਰ। ਫਿਰ ਗੁਰੂ ਅੰਗਦ ਦੇਵ ਜੀ ਦੇ ਸੂਖਸ਼ਮ ਰੂਪ ਵਿੱਚ ਦਰਸ਼ਨ ਹੋਏ ਬਾਬਾ ਬੁੱਢਾ ਸਾਹਿਬ ਜੀ ਨੂੰ। ਬਾਬਾ ਬੁੱਢਾ ਸਾਹਿਬ ਜੀ ਦੀ ਕਮਾਈ ਨਿਰਾਲੀ ਸੀ, ਜਿਵੇਂ ਆਪਾਂ ਲਾਈਵ ਟੈਲੀਕਾਸਟ ਵੇਖਦੇ ਹਾਂ ਨਾ, ਬਾਬਾ ਬੁੱਢਾ ਸਾਹਿਬ ਅੱਖਾਂ ਬੰਦ ਕਰਦੇ ਸਨ, ਗੁਰੂ ਸਾਹਿਬ ਕਿੱਥੇ ਸਨ, ਲਾਈਵ ਟੈਲੀਕਾਸਟ ਹੋ ਜਾਂਦਾ ਸੀਗਾ, ਸ਼ੁਰੂ ਵਿਖਣ ਲੱਗ ਪੈਂਦਾ ਸੀਗਾ। ਧੰਨ ਬਾਬਾ ਬੁੱਢਾ ਸਾਹਿਬ। ਮਾਤਾ ਭਰਾਈ ਜੀ ਨੂੰ ਕਹਿੰਦੇ ਆ, ਮਾਤਾ ਤੇਰੇ ਘਰ ਹੀ ਹੈ ਨਾ ਗੁਰੂ ਸਾਹਿਬ। ਮਾਤਾ ਭਰਾਈ ਜੀ ਨੇ ਪੁੱਛਿਆ ਵੀ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਹੈ? ਅਤੇ ਬਾਬਾ ਬੁੱਢਾ ਸਾਹਿਬ ਕਹਿੰਦੇ, ਜਿਹੜੇ ਤੁਹਾਡੇ ਚਿਹਰੇ 'ਤੇ ਪ੍ਰਕਾਸ਼ ਹੈ ਨਾ, ਇੱਥੋਂ ਪਤਾ ਲੱਗਦਾ ਹੈ ਗੁਰੂ ਜੋਤ ਤੁਹਾਡੇ ਘਰ ਵਿੱਚ ਜਗ ਰਹੀ ਹੈ। ਕਹਿਣ ਲੱਗੀ, ਬਾਬਾ ਜੀ ਤੁਹਾਨੂੰ ਮਨ੍ਹਾ ਕੋਈ ਨਹੀਂ ਹੈ, ਮੈਨੂੰ ਮਨ੍ਹਾ ਕੀਤਾ ਹੈ ਮਹਾਰਾਜ ਨੇ, ਤੁਹਾਨੂੰ ਮੈਂ ਮਨ੍ਹਾ ਨਹੀਂ ਕਰ ਸਕਦੀ, ਪਰ ਮੈਨੂੰ ਸਤਿਗੁਰੂ ਨੇ ਕਿਹਾ ਸੀ ਦੱਸਣਾ ਨਹੀਂ, ਦਰਵਾਜ਼ਾ ਨਹੀਂ ਖੜਕਾਉਣਾ। ਬਾਬਾ ਬੁੱਢਾ ਸਾਹਿਬ ਸਾਧ ਸੰਗਤ ਦੀ ਖੇਡ ਕੀ ਬਣਾਈ ਹੈ, ਜਾ ਕੇ ਚਗਾਠ ਹੀ ਪੁੱਟ ਦਿੱਤੀ ਸੀ ਬਾਬਾ ਬੁੱਢਾ ਸਾਹਿਬ। ਅੰਦਰ ਗਏ, ਸਤਿਗੁਰਾਂ ਦੇ ਦਰਸ਼ਨ ਕੀਤੇ ਹੈ, ਮਹਾਰਾਜ ਐਨ ਸਮਾਧੀ 'ਚ ਬੈਠੇ ਹੈ, ਨੇਤਰ ਬੰਦ ਹਨ, ਬੜਾ ਵੈਰਾਗ ਅੰਦਰ ਚੱਲਦਾ, ਗੋਡਿਆਂ ਨੂੰ ਹੱਥ ਲਾਇਆ, ਮੱਥਾ ਟੇਕਿਆ। ਗੁਰੂ ਅੰਗਦ ਸਾਹਿਬ ਜੀ ਨੇ ਨੇਤਰ ਖੋਲ੍ਹੇ ਹੈ, ਪੁੱਛਿਆ ਤੁਸੀਂ ਕਿਵੇਂ? ਕਹਿੰਦੇ ਮਹਾਰਾਜ ਸੰਗਤ ਵਿਆਕੁਲ ਹੋਈ ਪਈ ਹੈ। ਗੁਰੂ ਅੰਗਦ ਸਾਹਿਬ ਕਹਿੰਦੇ, ਫਿਰ ਪੰਡਾਲ ਲਾਓ, ਦੀਵਾਨ ਲਾਓ ਬਾਹਰ। ਦੀਵਾਨ ਲਾਇਆ, ਮਹਾਰਾਜ ਪਹਿਲੇ ਦਿਨ ਗੁਰੂਆਂ ਵਾਂਗ ਤਖ਼ਤ ਉੱਤੇ ਬੈਠੇ ਸਾਧ ਸੰਗਤ ਜੀ, ਪਹਿਲੇ ਦਿਨ। ਸੰਗਤ ਪੁੱਛਦੀ ਹੈ, ਮਹਾਰਾਜ ਆਪ ਇਤਨਾ ਬੈਰਾਗ ਕਰੋਗੇ, ਸਾਡਾ ਕੀ ਬਣੇਗਾ? ਅਤੇ ਸਾਧ ਸੰਗਤ, ਹਜ਼ੂਰ ਗੁਰੂ ਅੰਗਦ ਸਾਹਿਬ ਜੀ ਨੇ ਫਿਰ ਪਹਿਲੇ ਦਿਨ ਸਲੋਕ ਉਚਾਰਿਆ ਸੀਗਾ, ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਸਵੇਰੇ ਗੁਰੂ ਕੇ ਮਹਿਲ ਉੱਥੇ ਕਥਾ ਪ੍ਰਚਾਰ ਸੀ, ਅਤੇ ਸਿੰਘ ਨੇ ਸਲੋਕ ਕੱਢ ਕੇ ਰੱਖਤਾ ਅੱਗੇ ਫੋਨ 'ਤੇ ਵੀ ਇਹ ਸਲੋਕ ਨਹੀਂ ਕਥਾ 'ਚ ਬੋਲਿਆ। ਅਤੇ ਦਾਸ ਨੇ ਬੇਨਤੀ ਕੀਤੀ ਸੀ, ਪਿਆਰਿਓ ਇਹ ਅਵਸਥਾ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਹੋ ਸਕਦੀ, ਹੋਰ ਨਹੀਂ ਕਿਸੇ ਦੀ ਹੋ ਸਕਦੀ। ਇਹਦਾ ਭਾਵ ਪਤਾ ਕੀ ਹੈ? ਜਿਸ ਪਿਆਰੇ ਨਾਲ ਪਿਆਰ ਹੈ ਉਹਦੇ ਸਰੀਰ ਤਿਆਗਣ ਤੋਂ ਪਹਿਲਾਂ ਮੈਂ ਆਪਣਾ ਸਰੀਰ ਤਿਆਗ ਦੇਵਾਂ। ਹੁਣ ਮਹਾਰਾਜ ਦੀ ਤਾਂ ਅਵਸਥਾ ਹੈ, ਸਤਿਗੁਰੂ ਤੇ ਜੋ ਚਾਹੁਣ ਉਹ ਕਰ ਸਕਦੇ ਆ। ਇਹ ਮਹਾਰਾਜ ਨੇ ਆਪਣੀ ਅਵਸਥਾ ਦੱਸੀ ਸੀ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਗੁਰੂ ਨਾਨਕ ਸਾਹਿਬ ਜੀ ਤੋਂ ਬਗੈਰ ਇਸ ਧਰਤੀ 'ਤੇ ਰਹਿਣਾ ਤ੍ਰਿਗ ਹੈ। ਪਰ ਇਹ ਮਹਾਰਾਜ ਦੀ ਅਵਸਥਾ, ਆਪਣੀ ਨਿਮਰਤਾ ਹੈ ਸੱਚੇ ਪਾਤਸ਼ਾਹ ਦੀ, ਗੁਰੂ ਅੰਗਦ ਸਾਹਿਬ ਜੀ ਦਾ ਤੇ ਜੀਵਨ ਸਫਲ ਹੈ, ਗੁਰੂ ਅੰਗਦ ਸਾਹਿਬ ਦਾ ਜਨਮ ਸਫਲ ਹੈ, ਗੁਰੂ ਅੰਗਦ ਸਾਹਿਬ ਦੇ ਜਿਹੜੇ ਸੇਵਾ ਕਰਦੇ ਆ ਉਹਨਾਂ ਦਾ ਜਨਮ ਵੀ ਸਫਲ ਹੋ ਜਾਂਦਾ ਹੈ, ਜਨਮ ਤੇ ਉਹਨਾਂ ਦਾ ਵੀ ਸਫਲ ਹੋ ਜਾਂਦਾ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ। ਫਿਰ ਗੁਰਤਾ ਗੱਦੀ ਦੇ ਤਖ਼ਤ 'ਤੇ ਬੈਠੇ, ਬੜੇ ਬੜੇ ਰੋਗੀ ਮੰਜੇ 'ਤੇ ਪੈ ਕੇ ਆਉਂਦੇ ਸਨ, ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਵੇਰੇ ਆਪਣੇ ਨੇਮ 'ਚੋਂ ਬਾਹਰ ਆਉਣਾ, ਸੰਗਤਾਂ ਨੇ ਦਰਸ਼ਨ ਕਰਕੇ ਗੁਰੂ ਅੰਗਦ ਸਾਹਿਬ ਦੇ ਰਾਜੀ ਹੋ ਜਾਣਾ ਜੀ। ਰਾਏ ਬਲਵੰਡ ਜੀ ਤਥਾ ਰਾਏ ਸੱਤਾ ਜੀ, ਇਹਨਾਂ ਨੇ ਫਿਰ ਸਤਿਗੁਰੂ ਦੀ ਸਿਫਤ 'ਚ ਆਖਿਆ ਸੀ, ਗੁਰੂ ਅੰਗਦ ਸਾਹਿਬ ਆਪ ਜੀ ਨੇ ਅਲੂਣੀ ਸਿੱਲ ਚੱਟੀ ਹੈ। ਅਲੂਣੀ ਸਿੱਲ ਚੱਟਣਾ ਬੜਾ ਔਖਾ ਕੰਮ ਹੈ, ਜਿਹਨੂੰ ਮਨ ਨਹੀਂ ਮੰਨਦਾ। ਅਲੂਣੀ ਸਿੱਲ ਚੱਟੀ ਹੈ, ਗੁਰੂ ਸਾਹਿਬ ਕੋਲੋਂ ਮਹਾਨ ਵਡਿਆਈ ਅਤੇ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਅੱਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਤੁਹਾਡੇ ਦਰਸ਼ਨ ਕਰਦਾ ਹੈ ਉਹਦੇ ਵੀ ਪਾਪ ਕੱਟੇ ਜਾਂਦੇ ਹਨ। ਹੋਵੇ ਸਿਫਤ ਖਸਮ ਦੀ,
ਨੂਰ ਅਰਸਹ ਕੁਰਸਹ ਚਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਇਹ ਬਚਨ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸਿਫਤ ਵਿੱਚ ਉਚਾਰੇ ਗਏ ਹਨ। ਹੇ ਗੁਰੂ ਅੰਗਦ ਸਾਹਿਬ, ਜਿਹੜਾ ਤੁਹਾਡੇ ਦਰਸ਼ਨ ਕਰਦਾ ਉਹਦੇ ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ। ਤਾਂ ਆਯੂ ਮਹਾਰਾਜ ਨੇ ਕੋਈ ਕਰਾਮਾਤ ਨਹੀਂ ਦਿਖਾਈ। ਭਾਈ ਜੀਵਾ ਜੀ ਕਹਿੰਦੇ ਰਹੇ ਹੈ, ਮਹਾਰਾਜ ਹਨੇਰੀ ਬੰਦ ਕਰ ਦਿਓ, ਆਪ ਜੀ ਵਾਸਤੇ ਭੋਜਨ ਪ੍ਰਸ਼ਾਦ ਤਿਆਰ ਕਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ, ਨਹੀਂ ਭਾਈ, ਹਨੇਰੀ ਨਹੀਂ ਬੰਦ ਕਰਨੀ। ਮਹਾਰਾਜ ਕਹਿੰਦੇ, ਇੱਕ ਦਿਨ ਭੁੱਖੇ ਰਹਿ ਲਵਾਂਗੇ ਪਰ ਹਨੇਰੀ ਨਹੀਂ ਬੰਦ ਕਰਨੀ। ਇਹ ਪਰਮੇਸ਼ਰ ਦੇ ਹੁਕਮ 'ਚ ਹੈ। ਮੀਂਹ ਹੋਵੇ, ਹਨੇਰੀ ਹੋਵੇ, ਧੁੱਪ ਹੋਵੇ, ਸਾਰਾ ਕੁਝ ਉਹਦੇ ਹੁਕਮ 'ਚ ਹੈ, ਅਸੀਂ ਇਹਨੂੰ ਫੇਰ ਨਹੀਂ ਸਕਦੇ। ਬੱਚਿਆਂ ਨੂੰ ਕਿਉਂਕਿ ਕਥਾ ਬਹੁਤ ਦੂਰ ਦੂਰ ਤੱਕ ਜਾਣੀ ਹੈ, ਤਾਂ ਬੇਨਤੀ ਕਰਨ ਲੱਗਾ, ਆਪਣੇ ਬੱਚਿਆਂ ਨੂੰ ਗੁਰਮੁਖੀ ਜ਼ਰੂਰ ਪੜ੍ਹਾਓ। ਅੰਗਰੇਜ਼ੀ ਅਸੀਂ ਪੜ੍ਹਾਉਂਦੇ ਹਾਂ ਪਿਆਰਿਓ, ਬੱਚੇ ਅੰਗਰੇਜ਼ ਤੇ ਬਣਨਗੇ, ਸਿੱਖ ਨਹੀਂ ਬਣਨਗੇ। ਜਿਸ ਘਰ ਵਿੱਚ ਗੁਰਮੁਖੀ ਪੜ੍ਹਾਈ ਜਾਂਦੀ ਹੈ, ਗੁਰਮੁਖੀ ਬੋਲੀ ਜਾਂਦੀ ਹੈ, ਬੱਚਾ ਸੰਥਾ ਕਰਦਾ, ਉਸ ਘਰ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਕਿਰਪਾ ਵਰਤਦੀ ਹੈ। ਕਿਉਂ? ਹਰ ਰੋਜ਼ ਦੁਪਹਿਰ ਦੇ ਪ੍ਰਸ਼ਾਦੇ ਛਕ ਕੇ ਸਾਰਿਆਂ ਆਰਾਮ ਕਰਨਾ ਅਤੇ ਸੋਧਰ ਦੇ ਦੀਵਾਨ ਤੋਂ ਪਹਿਲਾਂ ਗੁਰੂ ਅੰਗਦ ਦੇਵ ਸਾਹਿਬ ਨੇ ਨਗਰ ਦੇ ਸਾਰੇ ਬੱਚੇ ਬਿਠਾ ਲੈਣੇ। ਬੱਚਿਆਂ ਦੇ ਕਿੰਨੇ ਵੱਡੇ ਭਾਗ ਹੋਣਗੇ, ਗੁਰੂ ਅੰਗਦ ਸਾਹਿਬ ਉਹਨਾਂ ਨੂੰ ਗੁਰਮੁਖੀ ਪੜ੍ਹਨੀ ਸਿਖਾਉਂਦੇ ਹੈ। ਉਹਨਾਂ ਨੂੰ ਗੁਰਮੁਖੀ ਸਿਖਾਓ। ਸਗੋਂ ਅੱਜ ਤੋਂ 10-20 ਸਾਲ ਪਹਿਲਾਂ ਕਹਿਣ ਦੀ ਲੋੜ ਨਹੀਂ ਸੀ ਪੈਣੀ, ਪਰ ਅੱਜ ਬੜੀ ਲੋੜ ਪੈਂਦੀ ਹੈ ਕਹਿਣ ਦੀ ਵੀ ਗੁਰਮੁਖੀ ਸਿਖਾਓ। ਬੱਚਿਆਂ ਨੂੰ ਸਤਿ ਸ੍ਰੀ ਅਕਾਲ ਪੂਰਾ ਕਹਿਣਾ ਨਹੀਂ ਚੇ ਹੁੰਦਾ, ਹੈਲੋ ਹਾਏ 'ਤੇ ਡਿਪੈਂਡ ਨੇ, ਜਾਂ ਫਿਰ ਸਤਿ ਸ੍ਰੀ ਅਕਾਲ ਕਹਿ ਲੈਣਗੇ। ਇਹਨਾਂ ਨੂੰ ਸਤਿ ਸ੍ਰੀ ਅਕਾਲ ਵੀ ਨਹੀਂ ਕਹਿਣਾ ਆਉਂਦਾ, ਇਹਨਾਂ ਫਤਿਹ ਕਿੱਥੋਂ ਬੁਲਾਉਣੀ ਹੈ। ਜਿਹੜੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਨਹੀਂ ਕਹਿਣਾ ਆ ਰਿਹਾ, ਉਹ ਫਤਿਹ ਬੁਲਾਉਣੀ ਕਿਵੇਂ ਸਿੱਖਣਗੇ ਪਿਆਰਿਓ। ਗੁਰੂ ਅੰਗਦ ਸਾਹਿਬ ਜੀ ਦੀ ਜੇ ਬਖਸ਼ਿਸ਼ ਲੈਣੀ ਹੈ, ਆਪਣੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਓ। ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਇਹ ਕਾਰਜ ਕੀਤਾ। ਮਲ ਅਖਾੜਾ ਗੁਰੂ ਘਰ ਅੱਜ ਵੀ ਖਡੂਰ ਸਾਹਿਬ ਸੁਭਾਏ ਮਾਨ ਹੈ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਘੋਲ ਵੀ ਕਰਵਾਉਂਦੇ ਰਹੇ ਹੈ। ਬੜੇ ਬੜੇ ਸੇਵਾ ਕਰਕੇ ਬ੍ਰਹਮ ਗਿਆਨ ਦੀਆਂ ਦਾਤਾਂ ਗੁਰੂ ਅੰਗਦ ਸਾਹਿਬ ਜੀ ਦੀ ਹਾਜ਼ਰੀ 'ਚੋਂ ਪ੍ਰਾਪਤ ਹੋਈਆਂ। ਮਾਤਾ ਸੁਲੱਖਣੀ ਜੀ, ਮਾਤਾ ਤ੍ਰਿਪਤਾ ਜੀ, ਬੇਬੀ ਭਾਨੀ ਜੀ, ਮਾਤਾ ਗੰਗਾ ਜੀ, ਅਜੇ ਇਹਨਾਂ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨਹੀਂ, ਇਤਿਹਾਸ 'ਚ ਬਹੁਤ ਮਿਲਦਾ, ਪਰ ਧੰਨ ਮਾਤਾ ਖੀਵੀ ਜੀ ਦਾ ਨਾਮ ਗੁਰਬਾਣੀ ਵਿੱਚ ਵੀ ਆਉਂਦਾ ਹੈ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਸਿੱਖਾਂ ਨੂੰ ਤਾਰਿਆ, ਬੜਿਆਂ ਦਾ ਸੱਚੇ ਪਾਤਸ਼ਾਹ ਜੀ ਨੇ ਭਲਾ ਕੀਤਾ। ਸਭ ਤੋਂ ਵੱਡੀ ਗੱਲ, ਇੱਕ ਗੁਰਮੁਖ ਕਹਿ ਰਹੇ ਸਨ, ਕਹਿੰਦੇ ਗੁਰੂ ਨਾਨਕ ਸਾਹਿਬ ਸੱਚ ਦਾ ਵਪਾਰ ਕਰਨ ਵਾਸਤੇ ਧਰਤੀ 'ਤੇ ਆਏ ਹੈ, ਅਤੇ ਉਹ ਵਪਾਰ ਕਰਦਿਆਂ ਅਸਲ ਜਿਹੜਾ ਵਪਾਰੀ ਆ ਉਹ ਭਾਈ ਲਹਿਣਾ ਜੀ ਬਣੇ ਨੇ, ਜਿਨ੍ਹਾਂ ਨੂੰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦਾ ਖਿਤਾਬ ਦਿੱਤਾ ਗਿਆ। ਸੱਚੇ ਪਾਤਸ਼ਾਹ ਜੀ ਨੇ ਆਪਣਾ ਤਖਤ ਬਖਸ਼ਿਆ, ਆਪਣੀ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਬਾਕੀ ਪੁੱਤਰਾਂ ਨੂੰ ਸੰਸਾਰੀ ਵਡਿਆਈਆਂ ਦੇ ਦਿੱਤੀਆਂ ਨੇ, ਪਰ ਗੁਰੂ ਘਰ ਦੀ ਜਿਹੜੀ ਵੱਡੀ ਵਡਿਆਈ ਉਹ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਪ੍ਰਾਪਤ ਕੀਤੀ। ਕਾਰਨ, ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਨਹੀਂ ਗਏ ਜੀ। 7 ਸਾਲਾਂ 'ਚ ਬੜੇ ਐਸੇ ਮੌਕੇ ਬਣੇ ਜਿਹਦੇ ਵਿੱਚ ਬਹੁਤ ਕੁਝ ਹੋਇਆ। 7 ਸਾਲਾਂ ਵਿੱਚ ਪਿਆਰਿਓ ਕਈ ਭੱਜੇ ਹੈ, ਕਈ ਆਏ ਹੈ, ਪਰ ਗੁਰੂ ਅੰਗਦ ਸਾਹਿਬ ਨੇ ਇਹੋ ਹੀ ਕਿਹਾ ਸੀ, ਕਿਸੇ ਦਾ ਕੋਈ, ਕਿਸੇ ਦਾ ਕੋਈ, ਗੁਰੂ ਨਾਨਕ ਸਾਹਿਬ ਮੇਰੇ ਅਤੇ ਤੁਸੀਂ ਹੋ। ਸਿੱਖਿਆ ਲੈਣੀ ਹੈ ਪਿਆਰਿਓ, 4-5 ਦਿਨ ਆਉਂਦੇ ਹਾਂ, ਜੇ ਕਿਤੇ ਮੰਗ ਪੂਰੀ ਨਹੀਂ ਹੁੰਦੀ ਗੁਰੂ ਦਾ ਘਰ ਛੱਡ ਕੇ ਚਲੇ ਜਾਂਦੇ ਹਾਂ। ਸੋ ਆਪਾਂ ਸਿੱਖਿਆ ਲੈਣੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੋਂ।
ਅੱਜ ਜਗਤ ਮਾਤਾ ਧੰਨ ਮਾਤਾ ਸੁੰਦਰੀ ਜੀ ਦਾ ਵੀ ਜਨਮ ਦਿਹਾੜਾ, ਉਹਨਾਂ ਦੇ ਜਨਮ ਦਿਹਾੜੇ ਦੀ ਵੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਮਾਤਾ ਸਾਹਿਬ ਜੀ ਦਾ ਜੀਵਨ ਜਿਹੜਾ ਉਹ ਆਪ ਜੀ ਨੇ ਪਿਛਲੇ ਦਿਨੀ ਸਰਵਣ ਕੀਤਾ ਸੀਗਾ। ਆਓ ਹੁਣ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਸਿਫਤ ਵਿੱਚ ਸਾਰੇ ਆਖ ਦੀਏ, ਫਿਰ ਅਰਦਾਸ ਖਿਮਾ ਮੰਗੇ, ਹੱਥ ਜੋੜ ਕੇ ਗੱਜ ਕੇ ਆਖੋ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰੂ ਅੰਗਦ ਦੇਵ ਸਾਹਿਬ, ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ, ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ, ਤੁਧ ਡਿੱਠੇ ਸੱਚੇ ਪਾਤਸ਼ਾਹ, 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 ਡਿੱਠੇ ਸੱਚੇ ਪਾਤਸ਼ਾਹ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ, ਮਲ ਜਨਮ ਜਨਮ ਦੀ ਕੱਟੀ ਐ, ਮਲ ਜਨਮ ਜਨਮ ਦੀ ਕੱਟੀ ਐ, ਮਲ ਜਨਮ ਜਨਮ ਦੀ ਕੱਟੀ, ਮਲ ਜਨਮ ਜਨਮ ਦੀ ਕੱਟੀ ਐ, ਮਲ ਜਨਮ ਜਨਮ ਦੀ ਕੱਟੀ ਐ, ਜਨਮ ਜਨਮ ਦੀ ਕੱਟੀ ਐ, ਮਲ ਜਨਮ ਜਨਮ ਦੀ ਕੱਟੀ ਐ। ਹੇ ਗੁਰੂ ਅੰਗਦ ਸਾਹਿਬ, ਜਿਹਨੇ ਤੁਹਾਡੇ ਦਰਸ਼ਨ ਕਰ ਲਏ, ਉਹਦੇ ਜਨਮਾਂ ਜਨਮਾਂ ਦੀ ਮੈਲ ਦੂਰ ਹੋ ਗਈ। ਉਹ ਜਿਹੜਾ ਬਚਨ ਹੈ, ਨਿੰਦਾ ਤੇਰੀ ਜੋ ਕਰੈ ਸੋ ਵੰਝੈ ਚੋਰ, ਜਿਹਨੇ ਮਹਾਰਾਜ ਤੁਹਾਡੀ ਨਿੰਦਾ ਕੀਤੀ ਉਹ ਖਤਮ ਹੀ ਹੋ ਗਿਆ। ਉਹ ਕਹਿ ਰਿਹਾ ਦਾ ਉਹ ਜਿਹੜੇ ਇੱਕ ਸਾਧੂ ਨੇ ਆ ਕੇ ਕਿਹਾ ਸੀ ਨਾ, ਮਹਾਰਾਜ ਜੀ ਨੂੰ ਭੇਜੋ ਮੀਂਹ ਪਏਗਾ, ਉਹਦਾ ਕੀ ਹਾਲ ਬਣਿਆ ਸੀਗਾ। ਰਾਏ ਸੱਤਾ ਅਤੇ ਬਲਵੰਡ ਨੇ ਫਿਰ ਸਤਿਗੁਰੂ ਦੀ ਸਿਫਤ 'ਚ ਬਚਨ ਕਹੇ। ਸੋ ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ, ਬੇਅੰਤ ਬੇਅੰਤ ਵਧਾਈ ਹੋਵੇ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।